ਸਤਿ ਸ਼੍ਰੀ ਅਕਾਲ ਦੋਸਤੋ, ਲਾਈਵ ਫੇਸਬੁੱਕ ਦੇ ਵਿੱਚ ਉੱਪਰ ਜੁੜੇ ਸਾਰੇ ਹੀ ਸਰੋਤਿਆਂ ਦਾ ਮੇਰੇ ਵੱਲੋਂ ਬਹੁਤ ਬਹੁਤ ਸਵਾਗਤ ਹੈ ਜੀ। ਕੱਲ੍ਹ ਜਿਵੇਂ ਤੁਹਾਡੇ ਨਾਲ ਪ੍ਰੋਮਿਸ ਕੀਤਾ ਸੀ ਕਿ ਰੈਗੂਲਰ ਰੂਟੀਨ 'ਚ ਹੁਣ ਜਿਹੜੇ ਵੀ ਓਪਨ ਵਾਕ ਆਊਟ ਆਉਣਗੇ ਉਹਨਾਂ ਦਾ ਲਾਈਵ ਸੈਸ਼ਨ ਪਰਟੀਕੁਲਰਲੀ ਕੈਂਡੀਡੇਟ ਦੇ ਨਾਲ ਰੱਖਿਆ ਕਰਾਂਗੇ ਤਾਂ ਜੋ ਉਹ ਆਪਦਾ ਸਫ਼ਰ, ਆਪਦੀ ਜਵਾਨੀ ਸ਼ੇਅਰ ਤੁਹਾਡੇ ਨਾਲ ਕਰ ਸਕਣ, ਕਿਸ ਤਰੀਕੇ ਦੀ ਉਹਨਾਂ ਦੀ ਜਰਨੀ ਰਹੀ ਕੰਪਨੀ ਨਾਲ, ਜਾਂ ਕਿਵੇਂ ਉਹਨਾਂ ਨੂੰ ਓਪਨ ਵਾਕਆਊਟ ਬਾਰੇ ਪਤਾ ਲੱਗਿਆ, ਕੰਪਨੀ ਬਾਰੇ ਕਿਵੇਂ ਪਤਾ ਲੱਗਿਆ, ਅਤੇ ਉਸ ਤੋਂ ਬਾਅਦ ਇਹ ਤਾਂ ਨਹੀਂ ਹੈ ਕਿ ਕਿਸੇ ਜਗ੍ਹਾ 'ਤੇ ਜਾ ਕੇ ਫਸ ਕੇ ਜਾਂ ਉਹਨਾਂ ਨੂੰ ਕੋਈ ਨਜਾਇਜ਼ ਪੈਸਾ, ਕਿਉਂਕਿ ਵਰਕ ਪਰਮਿਟ ਇੱਕ ਇਹੋ ਜਿਹਾ ਨਾ, ਜਦੋਂ ਵਰਕ ਪਰਮਿਟ ਦਾ ਲਿਖ ਕੇ ਕੋਈ ਐਡ ਪਾਈ ਜਾਂਦੀ ਆ, ਚਾਹੇ ਨਿਊਜ਼ਪੇਪਰ 'ਚ ਪਾਈ ਜਾਂਦੀ ਆ, ਚਾਹੇ ਫੇਸਬੁੱਕ ਦੇ ਉੱਪਰ ਪਾਈ ਜਾਂਦੀ ਆ, ਤਾਂ ਹਜ਼ਾਰਾਂ ਇਨਕੁਆਇਰੀਜ਼ ਇਹ ਜਿਹੀਆਂ ਆਉਂਦੀਆਂ ਨੇ ਕਿ ਏਜ ਲਿਮਿਟ ਕੀ ਆ ਜੀ, ਅਸੀਂ ਵੀ ਕੰਮ ਕਰਨ ਜਾ ਸਕਦੇ ਹਾਂ ਕਿ ਨਹੀਂ ਜਾ ਸਕਦੇ, LMIA ਚਾਹੀਦੀ ਆ। ਤਾਂ ਉਹ ਮੈਂ ਦੱਸਣ, ਇਹ ਗੱਲ ਦੱਸਣ ਯੋਗ ਆ ਇੱਥੇ ਕਿ ਇਹ ਜਿਹੜਾ ਓਪਨ ਵਰਕ ਪਰਮਿਟ ਆ, ਮੈਂ ਹਮੇਸ਼ਾ ਦੀ ਤਰ੍ਹਾਂ ਫਿਰ ਦੁਬਾਰੇ ਸ਼ੇਅਰ ਕਰ ਦੇਣਾ ਚਾਹੁੰਦਾ ਕਿ ਸਿਰਫ ਉਹਨਾਂ ਕੈਂਡੀਡੇਟਸ ਵਾਸਤੇ ਆ ਜਿਨ੍ਹਾਂ ਦਾ ਸਪਾਊਸ ਕੈਨੇਡਾ ਦੇ ਵਿੱਚ ਪੜ੍ਹ ਰਿਹਾ। ਜੇ ਤੁਹਾਡਾ ਸਪਾਊਸ ਕੈਨੇਡਾ ਦੇ ਵਿੱਚ ਪੜ੍ਹ ਰਿਹਾ, ਉਹਦੇ ਕੋਲ ਵਰਕ ਰਾਈਟਸ ਨੇ, ਉਹ ਫੁੱਲ ਟਾਈਮ ਸਟੂਡੈਂਟ ਆ SDS ਜਾਂ ਕਿਸੇ ਸਰਕਾਰੀ ਕਾਲਜ ਦਾ, ਤਾਂ ਤੁਸੀਂ ਆਪਦੇ ਇੰਡੀਆ ਰਹਿੰਦੇ ਲਾਈਫ ਪਾਰਟਨਰ ਨੂੰ ਓਪਨ ਵਰਕ ਪਰਮਿਟ ਦੇ ਉੱਤੇ ਕੈਨੇਡਾ ਬੁਲਾ ਸਕਦੇ ਹੋ। ਰਿਸਟ੍ਰਿਕਸ਼ਨ ਇਹਦੇ ਵਿੱਚ ਕੋਈ ਨਹੀਂ ਹੈ, ਇਹ ਨਹੀਂ ਹੈ ਕਿ ਤੁਹਾਡੀ ਏਜ ਲਿਮਿਟ ਆਹ ਹੋਣੀ ਚਾਹੀਦੀ ਹੈ ਜਿਹਦੇ ਵਿੱਚ, ਕਿਉਂਕਿ ਹੁਣ ਨਾ ਹੀ ਤਾਂ 45 ਸਾਲਾਂ ਦਾ ਕੋਈ ਬੰਦਾ ਉੱਥੇ ਪੜ੍ਹਨ ਜਾਊਗਾ ਅਤੇ ਨਾ ਹੀ ਕੋਈ 50 ਸਾਲਾਂ ਦਾ ਬੰਦਾ ਉੱਥੇ ਓਪਨ ਵਰਕ ਪਰਮਿਟ 'ਤੇ ਜਾਊਗਾ। ਓਬਵੀਅਸਲੀ ਜਿਹੜੇ ਨਵੇਂ ਵਿਆਹੇ ਬੱਚੇ ਨੇ, ਜਿਨ੍ਹਾਂ ਦੀ ਏਜ 25 ਈਅਰਸ 30 ਦੇ ਵਿੱਚ 35 ਈਅਰਸ ਓਲਡ ਨੇ, ਜਿਨ੍ਹਾਂ ਦੇ ਸਪਾਊਸ ਹੁਣੇ ਹੁਣੇ ਕੈਨੇਡਾ ਗਏ ਨੇ ਪੜ੍ਹਨ ਦੇ ਲਈ ਗਏ ਨੇ, ਉਹ ਆਪਦੇ ਓਪਨ ਵਰਕ ਪਰਮਿਟ ਦਾ ਕੇਸ ਸਾਡੇ ਤੋਂ ਲਵਾ ਸਕਦੇ ਹਾਂ ਕਿ ਜਾਂ ਜਿੱਥੋਂ ਤੁਹਾਨੂੰ ਪ੍ਰੋਪਰ ਇਨਫੋਰਮੇਸ਼ਨ ਮਿਲਦੀ ਆ। ਸਭ ਤੋਂ ਇੰਪੋਰਟੈਂਟ ਚੀਜ਼, ਨਵੀਂ ਕੈਟਾਗਰੀ, ਨਵੀਂ ਰੂਲਸ ਐਂਡ ਰੈਗੂਲੇਸ਼ਨਸ ਹੋਣ ਕਰਕੇ ਬਹੁਤੇ ਲੋਕਾਂ ਨੂੰ ਇਹਦੀ ਇਨਫੋਰਮੇਸ਼ਨ ਨਹੀਂ ਆ। ਸੋ ਜਦੋਂ ਕੇਸ ਅਪਲਾਈ ਕਰਨਾ ਹੁੰਦਾ ਗਾ, ਕੁਝ ਗੱਲਾਂ ਧਿਆਨ ਦੇਣ ਯੋਗ ਹੁੰਦੀਆਂ ਨੇ ਜਿਨ੍ਹਾਂ ਕਰਕੇ ਰਿਫਿਊਜ਼ਲ ਦਾ ਸਾਹਮਣਾ ਕਰਨਾ ਪੈਂਦਾ। ਸੋ ਬੱਗੇ ਸਰਦਾਰ ਜਿਨ੍ਹਾਂ ਦੀ ਮੈਂ ਗੱਲ ਕਰ ਰਿਹਾ, ਸਰਦਾਰ ਜਰਨੈਲ ਸਿੰਘ, ਜਰਨੈਲ ਸਿੰਘ ਆ ਜੀ ਤੁਹਾਡਾ ਨਾਮ, ਜਰਨੈਲ ਸਿੰਘ ਉਹਨਾਂ ਦਾ ਓਪਨ ਵਰਕ ਪਰਮਿਟ ਸਟੈਂਪ ਹੋ ਗਿਆ, ਤਲਵੰਡੀ ਮੱਲੀਆਂ ਦੇ ਰਹਿਣ ਵਾਲੇ ਨੇ ਇਹ, ਸਾਡੇ ਨਾਲ ਕਿਹੋ ਜਿਹਾ ਰਿਹਾ ਇਹਨਾਂ ਦਾ ਸਫ਼ਰ, ਇਹ ਆਪਦੀ ਜਵਾਨੀ ਆਪ ਦੱਸਣਗੇ। ਹਾਂਜੀ ਜਰਨੈਲ ਸਿੰਘ ਜੀ, ਕਿਵੇਂ ਪਤਾ ਲੱਗਿਆ ਮੈਕਰੋ ਗਲੋਬਲ ਬਾਰੇ ਤੁਹਾਨੂੰ? ਮੇਰੀ ਵਾਈਫ ਦਾ ਵੀਜ਼ਾ ਇੱਥੋਂ ਲਵਾਈ ਸਟੱਡੀ ਆ, ਇਸ ਕਰਕੇ ਪਹਿਲਾਂ ਤੋਂ ਪਤਾ ਸੀ। ਓਕੇ, ਸਟੂਡੈਂਟ ਵੀਜ਼ਾ ਵੀ ਇੱਥੋਂ ਹੀ ਗਏ ਸੀ ਉਹ? ਠੀਕ ਹੈ ਜੀ, ਅਤੇ ਉਸ ਤੋਂ ਬਾਅਦ ਓਪਨ ਵਰਕ ਪਰਮਿਟ ਬਾਰੇ ਤੁਹਾਨੂੰ ਕਿੱਦਾਂ ਪਤਾ ਲੱਗਿਆ? ਓਪਨ ਵਰਕ ਪਰਮਿਟ ਦਾ ਫੇਸਬੁੱਕ ਦੇ ਜ਼ਰੀਏ ਪਤਾ ਲੱਗਾ ਜੀ, ਫੇਸਬੁੱਕ ਦੇ ਜ਼ਰੀਏ ਇੱਥੋਂ ਮੁੜ ਕੇ ਸਾਡਾ ਬਹੁਤ ਵਧੀਆ ਰਹਿਤਾਂ ਨਾਲ ਸਫ਼ਰ ਹੋਇਆ ਜੀ, ਹੋਰ ਜਗ੍ਹਾ ਤੋਂ ਵੀ ਪਤਾ ਕੀਤਾ ਪਰ ਸਾਨੂੰ ਸਹੀ ਨਹੀਂ ਲੱਗਾ। ਓਕੇ ਓਕੇ ਓਕੇ, ਠੀਕ ਹੈ ਜੀ। ਹੁਣ ਜਿਵੇਂ ਜਰਨੈਲ ਸਿੰਘ ਉਹਨਾਂ ਨੇ ਦੱਸਿਆ ਕਿ ਅਸੀਂ ਹੋਰ ਜਗ੍ਹਾ ਵੀ ਗਏ, ਸਾਨੂੰ ਨਹੀਂ ਪ੍ਰੋਪਰ ਇਨਫੋਰਮੇਸ਼ਨ ਮਿਲੀ, ਇਨਫੋਰਮੇਸ਼ਨ ਦਾ ਕਾਰਨ ਇਹ ਨਹੀਂ ਹੈ ਕਿ ਸੋਰਸ ਸਿਰਫ ਮੈਕਰੋ ਗਲੋਬਲ ਇਨਫੋਰਮੇਸ਼ਨ ਦਾ, ਇਨਫੋਰਮੇਸ਼ਨ ਦੇ ਸੋਰਸ ਤਾਂ ਕਈ ਹੋਰ ਵੀ ਨੇ, CIC ਦੀ ਸਾਈਟ ਪੜ੍ਹ ਲਓ ਜਾ ਕੇ ਤੁਹਾਨੂੰ ਪ੍ਰੋਪਰ ਇਨਫੋਰਮੇਸ਼ਨ ਮਿਲ ਜਾਂਦੀ ਆ। ਪਰ ਜਦੋਂ ਆਪਾਂ ਲਿਟਲ ਨੌਲੇਜ ਇਜ਼ ਅ ਡੇਂਜਰਸ ਥਿੰਗ, ਜਦੋਂ ਅਸੀਂ ਘੱਟ ਨੌਲੇਜ ਰੱਖ ਕੇ ਥੋੜ੍ਹਾ ਜਾਣ ਕੇ ਵੱਧ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤਾਂ ਉਹ ਸਾਡੇ ਲਈ ਵੀ ਨੁਕਸਾਨਦਾਇਕ ਹੁੰਦੀ ਹੈ ਅਤੇ ਸਾਡੇ ਕਲਾਇੰਟ ਲਈ ਵੀ ਨੁਕਸਾਨਦਾਇਕ ਹੁੰਦੀ ਆ। ਸੋ ਅੰਤ ਦੇ ਵਿੱਚ ਇਹੀ ਕਹੂੰਗਾ ਕਿ ਕੋਸ਼ਿਸ਼ ਕਰੋ ਹਮੇਸ਼ਾ ਦੀ ਤਰ੍ਹਾਂ, ਜਦੋਂ ਵੀ ਕੇਸ ਅਪਲਾਈ ਕਰਨਾ ਉਹਦੇ ਬਾਰੇ ਪ੍ਰੋਪਰ ਇਨਫੋਰਮੇਸ਼ਨ ਇਕੱਠੀ ਕਰੋ, ਫਿਰ ਹੀ ਆ ਬੱਚੇ ਦਾ ਕੇਸ ਜਾਂ ਉਹਨਾਂ ਦੇ ਸਪਾਊਸ ਦਾ ਓਪਨ ਡਾਕੂਮੈਂਟ ਅਪਲਾਈ ਕਰੋ, ਨਹੀਂ ਤਾਂ ਨੁਕਸਾਨ ਹੋ ਜਾਂਦਾ। ਕਈਆਂ ਬੱਚਿਆਂ ਦੇ ਬੈਨ ਵੀ ਆ ਗਏ, ਕਈਆਂ ਬੱਚਿਆਂ ਨੂੰ ਇਹ ਵੀ ਫੇਸ ਕਰਨਾ ਪਿਆ ਕਿ ਉਹਨਾਂ ਦੇ ਰਿਲੇਸ਼ਨਸ਼ਿਪ ਪ੍ਰੂਫ ਨਹੀਂ ਪ੍ਰੋਪਰ ਅਪਲਾਈ, ਪ੍ਰੋਪਰ ਅੰਬੈਸੀ ਨੂੰ ਭੇਜੇ ਗਏ, ਉਹਦੇ ਕਾਰਨ ਰਿਫਿਊਜ਼ਲਸ ਆ ਗਈਆਂ। ਸੋ ਮੈਂ ਇੰਨਾ ਕਹਿੰਦਾ ਹਾਂ, ਖਿਮਾ ਦਾ ਦਰਸ਼ਕਾਂ ਜੀ, ਬਾਕੀ ਅੱਗੇ ਵੀ ਹੁਣ ਅੱਜ ਕਾਫੀ ਓਪਨ ਡਾਕੂਮੈਂਟਸ ਦੇ ਵੀਜ਼ਾ ਸਟੈਂਪ ਹੋਏ ਨੇ, ਸਾਰਿਆਂ ਦੇ ਨਾਲ ਕੋਸ਼ਿਸ਼ ਕਰੂੰਗਾ, ਮੋਗਾ ਆਫਿਸ 'ਚ ਵੀ ਤੁਹਾਡੇ ਨਾਲ ਰੂਬਰੂ ਹੋਊਂਗਾ, ਤੁਹਾਡੇ ਰੂਬਰੂ ਕਰੂੰਗਾ ਉਹਨਾਂ ਕਲਾਇੰਟਸ ਨੂੰ, ਐਂਡ ਲੁਧਿਆਣਾ ਜਾ ਰਿਹਾ ਇਸ ਤੋਂ ਬਾਅਦ, ਉੱਥੇ ਜਾ ਕੇ ਵੀ ਜਿਹੜੇ ਮੇਰੇ ਕਲਾਇੰਟਸ ਜਿਨ੍ਹਾਂ ਨੇ ਵੀਜ਼ਾ ਪ੍ਰਾਪਤ ਕੀਤਾ ਉਹਨਾਂ ਨੂੰ ਰੂਬਰੂ ਕਰੂੰਗਾ। ਇੰਨਾ ਕਹਿੰਦਾ ਹਾਂ, ਖਿਮਾ ਦਾ ਦਰਸ਼ਕਾਂ ਜੀ, ਧੰਨਵਾਦ।